ਮੈਂ ਸੰਦੀਪ ਕੁਮਾਰ ਸੰਗ ਸਹਾਰਾ ਤੋਂ ਜੀ। ਕੀ ਮਾਮਲਾ ਹੈ ਜੀ? ਅੱਜ ਥੋੜ੍ਹੀ ਦੇਰ ਪਹਿਲਾਂ ਇੱਕ ਸੰਸਥਾ ਦੇ ਹੈਲਪਲਾਈਨ ਨੰਬਰ 'ਤੇ ਕਾਲ ਆਈ ਸੀ ਕਿ ਰਿਫੈਂਡਰੀ ਰੋਡ 'ਤੇ ਪੱਕਾ ਕਲਾ ਪਿੰਡ ਕੋਲ ਇੱਕ ਐਕਸੀਡੈਂਟ ਹੋਇਆ। ਇੱਕ ਗੱਡੀ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੰਗ ਸਹਾਰਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰ ਕੀ ਨਾਮ ਤੁਹਾਡਾ? ਕੀ ਮਾਮਲਾ ਹੈ ਐਕਸੀਡੈਂਟ ਦਾ ਸਰ? ਹਾਂਜੀ, ਮੈਂ ਡਾਕਟਰ ਗੁਰਜੀਵਨ ਸਿੰਘ ਅਤੇ ਉਹਨੇ ਇੱਕ ਪੇਸ਼ੈਂਟ ਲੈ ਕੇ ਆਏ ਸੀਗੇ 940 ਕਿਤੇ, ਬਰੋਡ ਡੈੱਡ ਸੀਗੇ, ਐਕਸੀਡੈਂਟ ਦਾ ਕੇਸ ਸੀਗਾ। ਹੋਰ ਵੀ ਜ਼ਖਮੀ ਵੀ ਉਹਦੇ ਨਾਲ ਕੋਈ? ਹਾਂ, ਨਾਲ ਤਿੰਨ ਪੇਸ਼ੈਂਟ ਹੋਰ ਨੇ, ਉਹਨਾਂ ਦੇ ਮਾਮੂਲੀ ਸੱਟਾਂ ਹੈ। ਕਿੰਨੀ ਉਮਰ ਕਿੰਨੀ ਦੱਸੀ ਜਾ ਰਹੀ? ਇਹਨਾਂ ਦੀ ਉਮਰ ਅੰਦਾਜ਼ਨ ਦੱਸਿਆ 25 ਸਾਲ ਹੈ। ਕਿੱਥੇ ਹੋਇਆ ਐਕਸੀਡੈਂਟ? ਐਕਸੀਡੈਂਟ ਇਹਨਾਂ ਦਾ ਹੋਇਆ ਪੱਕਾ ਕਲਾਂ ਜੀ। ਕੀ ਨਾਮ? ਨਾਮ ਹੈਗੇ ਇਹਨਾਂ ਦਾ, ਮ੍ਰਿਤਕ ਦਾ ਨਾਮ ਹੈ ਬਲਜਿੰਦਰ ਸਿੰਘ।